ਜ਼ਿੰਮੇਵਾਰੀ ਸੀ ਉਦੋਂ ਵੀ ਇੱਕ ਬੱਚੇ ਦੀ 5 ਸਾਲ ਦੀ ਇੱਕ ਗਟਰ ਦੀ ਮਤਲਬ ਖੁੱਲ੍ਹਣ ਕਰਕੇ ਇਹਨਾਂ ਦੀ ਨਲਾਇਕੀ ਕਰਕੇ ਉਹ ਬੱਚਾ ਮਰ ਗਿਆ। ਸਾਲ ਹੋ ਗਿਆ ਉਸ ਤੋਂ ਵਧਿਆ ਕੰਮ ਘਟਿਆ ਨਹੀਂ। ਇਹਨਾਂ ਨੂੰ ਅਸੀਂ ਰੋ ਰੋ ਕੇ ਧਰਨੇ ਲਾ ਲਾ ਕੇ ਕਹਿੰਦੇ ਹਾਂ ਵੀ ਤੁਹਾਡੇ ਕੰਨਾਂ ਤੱਕ ਆਵਾਜ਼ ਆਏ, ਪਰ ਪਤਾ ਨਹੀਂ ਕਿਹੜੀ ਕੁੰਭਕਰਨੀ ਨਹੀਂ ਸੁੱਤਾ ਪ੍ਰਸ਼ਾਸਨ ਅਤੇ ਲੀਡਰਸ਼ਿਪ। ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਲਤਾਨਪੁਰ ਲੋਧੀ ਵਿਖੇ ਤੋਂ ਬਰਾਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚੱਲ ਕੇ ਆ ਰਹੀ ਹੈ, ਪਰ ਜੋ ਰੂਟ ਸੀ ਉਹ ਰੂਟ ਅੱਜ ਮੌਕੇ 'ਤੇ ਪ੍ਰਸ਼ਾਸਨ ਨੂੰ ਚੇਂਜ ਕਰਨਾ ਪਿਆ, ਕਿਉਂਕਿ ਜੋ ਅੱਜ ਮੰਦਭਾਗੀ ਗੱਲ ਬਟਾਲੇ ਨਾਲ ਵਾਪਰ ਗਈ ਹੈ, ਬਹੁਤ ਹੀ ਮੰਦਭਾਗੀ ਹੋਈ ਹੈ ਗੱਲ, ਜੋ ਕਿ ਪਹਿਲਾਂ ਵੀ ਅਸੀਂ ਇਹ ਪ੍ਰਸ਼ਾਸਨ ਨਾਲ ਗੱਲ ਕਰ ਚੁੱਕੇ ਸੀ। ਇਹ 6-7 ਮਹੀਨੇ ਪਹਿਲਾਂ ਵਾਰਦਾਤ ਹੋਈ ਸੀ, ਇਹ ਪਟਾਕਿਆਂ ਵਾਲੀ ਜਿਹੜੀ ਫੈਕਟਰੀ ਸੀ ਇੱਥੇ ਪਹਿਲਾਂ ਥੋੜ੍ਹਾ ਜਿਹਾ ਬਲਾਸਟ ਹੋਇਆ ਸੀ, ਅਤੇ ਅਸੀਂ 2-4 ਜਣੇ ਉੱਥੇ ਬੋਲੇ ਵੀ ਸੀ, ਪਰ ਪ੍ਰਸ਼ਾਸਨ ਦੇ ਦਬਾਅ ਕਰਕੇ ਇਹਨਾਂ ਨੇ ਬਾਅਦ 'ਚ ਨਾ ਸਾਨੂੰ ਜਿਵੇਂ ਮਤਲਬ ਟਾਲ ਮਟੋਲ ਕਰ ਦਿੱਤਾ, ਅਤੇ ਸਾਡੇ ਵੀ ਦਿਮਾਗ 'ਚ ਆਇਆ ਵੀ ਚਲੋ ਕੋਈ ਨਹੀਂ ਇਹ ਚੁੱਕ ਲੈਣਗੇ, ਇਹਨਾਂ ਨੇ ਕਿਹਾ ਕਿ ਥੋੜ੍ਹੇ ਸਮੇਂ ਤੱਕ ਇਹ ਬੰਦ ਕਰ ਲੈਣਗੇ। ਬਿਨਾਂ ਲਾਇਸੈਂਸ ਇਹ ਫੈਕਟਰੀ ਚੱਲ ਰਹੀ ਸੀ, ਜਿਸ ਫੈਕਟਰੀ ਕਰਕੇ ਅੱਜ ਬਟਾਲਾ ਮਤਲਬ ਇੱਕ ਬੰਨੇ ਖੁਸ਼ੀਆਂ ਦੀ ਲਹਿਰ ਅਤੇ ਦੂਜੇ ਬੰਨੇ ਖੂਨ ਦੀ ਲਹਿਰ ਅੱਖਾਂ ਦੇ ਵਿੱਚ ਆ ਗਈ ਹੈ। ਮਤਲਬ ਬਹੁਤ ਮੰਦਭਾਗੀ ਗੱਲ ਹੋਈ ਹੈ, ਉਹਦੇ ਕਰਕੇ ਜਿਹੜਾ ਰੂਟ ਸੀ ਇਹਨੂੰ ਚੇਂਜ ਕਰਨਾ ਪਿਆ। ਹੁਣ ਇਹ ਉਮਰਪੁਰੇ ਤੋਂ ਰਾਮਨਗਰ ਤੋਂ ਕਪੂਰੀ ਗੇਟ, ਕਪੂਰੀ ਗੇਟ ਵਿਖੇ ਤੋਂ ਸ਼ੋਭਾ ਯਾਤਰਾ ਆਏਗੀ ਖਜੂਰੀ ਗੇਟ, ਖਜੂਰੀ ਗੇਟ ਤੋਂ ਫਿਰ ਜੱਸਾ ਸਿੰਘ ਹਾਲ ਚੌਂਕ, ਉੱਥੋਂ ਫਿਰ ਡਾਕਟਰ ਰਵਿੰਦਰ। ਹੁਣ ਅਸੀਂ ਉਸ ਜਗ੍ਹਾ 'ਤੇ ਖੜ੍ਹੇ ਹਾਂ ਜਿੱਥੇ ਡਾਕਟਰ ਰਵਿੰਦਰ ਸਾਹਿਬ ਵਾਲੀ ਉਹ ਗਲੀ ਹੈ, ਜਿੱਥੇ ਖਲੋ ਕੇ ਮੈਂ ਕਿੰਨੀ ਵਾਰ ਪਹਿਲਾਂ ਵੀ ਪ੍ਰਸ਼ਾਸਨ ਨੂੰ ਵੀਡੀਓ ਪਾ ਚੁੱਕਾ ਕਿ ਇੱਥੇ ਕੋਈ ਹੱਲ ਕਰੋ, ਪਰ ਪ੍ਰਸ਼ਾਸਨ ਵਾਲਿਆਂ ਦਾ ਧਿਆਨ ਹੀ ਨਹੀਂ। ਹੁਣ ਤੁਸੀਂ ਵੇਖੋ ਕਿੱਦਾਂ ਲਿੰਬਾ ਪੂਚੀ ਹੋ ਰਹੀ ਹੈ, ਕਿ ਮਤਲਬ ਫਟਾਫਟ JCB ਵੀ ਆ ਗਈ ਹੈ, EO ਸਾਹਿਬ ਮੌਕੇ 'ਤੇ ਬੈਠੇ ਨੇ, ਸਾਰੇ ਪ੍ਰਸ਼ਾਸਨ ਅਧਿਕਾਰੀ ਬੈਠੇ ਨੇ, ਲਾਈਟਾਂ ਵਾਲੇ ਪ੍ਰਾਈਵੇਟ ਲਾਈਟਾਂ ਲਾ ਰਹੇ ਨੇ, ਮਤਲਬ ਪ੍ਰਾਈਵੇਟ 1 ਜਾਂ 2 ਦਿਨ ਬਾਅਦ ਇਹ ਲੱਥ ਜਾਣਗੀਆਂ, ਤੁਹਾਨੂੰ ਲਾਈਟਾਂ ਜਿਹੜੀਆਂ ਉਹ ਦਿਖਾ ਦਿੰਦੇ ਨੇ ਸਾਡੇ ਰਾਜਾ ਜੀ। ਮਤਲਬ ਕਹਿਣ ਦਾ ਕਿ ਇੱਥੇ ਪ੍ਰਸ਼ਾਸਨ ਔਰ ਲੀਡਰਸ਼ਿਪ ਬਿਲਕੁਲ ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ, ਕੁੰਭਕਰਨੀ ਨੀਂਦ ਸੌਂ ਚੁੱਕੇ ਆ, ਇਹਨਾਂ ਨੂੰ ਪਤਾ ਨਹੀਂ ਕਦੋਂ ਜਾਗ ਆਉਣੀ ਹੈ, ਕਿੰਨੀਆਂ ਕੁ ਮੌਤਾਂ ਇਹ ਚਾਹੁੰਦੇ ਨੇ ਬਟਾਲੇ ਦੀ। ਅੱਜ 25 ਤੋਂ ਲੈ ਕੇ ਉੱਪਰ ਤੱਕ ਗਿਣਤੀ ਹੋ ਚੁੱਕੀ ਹੈ। ਮੈਂ ਖੁਦ ਡੈੱਡ ਬੋਡੀਜ਼ ਨੂੰ ਮਤਲਬ ਜਦੋਂ ਹੱਥਾਂ 'ਚ ਚੁੱਕ ਚੁੱਕ ਕੇ ਐਂਬੂਲੈਂਸ ਸੁੱਟਨੇ ਆ, ਸਾਨੂੰ ਹੁਣ ਪਤਾ ਨਹੀਂ ਉਹ ਡੈੱਡ ਬੋਡੀ ਸੀ ਜਾਂ ਸੀਰੀਅਸ ਸੀ, ਬਿਲਕੁਲ ਇੱਦਾਂ ਹੀ ਲੱਗਦਾ ਸੀ ਵੀ ਜਿਵੇਂ ਉਹ ਖਤਮ ਨੇ। ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛਿਆ ਜਾਏ ਜਿਨ੍ਹਾਂ ਨਾਲ ਇਹ ਘਟਨਾ ਵਾਪਰੀਆਂ, ਕਿਉਂ ਨਹੀਂ ਪ੍ਰਸ਼ਾਸਨ ਧਿਆਨ ਦਿੰਦਾ, ਇੰਨਾ ਪ੍ਰਸ਼ਾਸਨ ਸੁੱਤਾ। ਮੈਂ ਕਹਿੰਦਾ ਕਿੱਥੇ ਸਰਕਾਰਾਂ ਸੌਂ ਗਈਆਂ, ਕਿੱਥੇ ਮੁੱਖ ਮੰਤਰੀ ਸੌਂ ਗਿਆ, ਇਹ ਸਭ ਕਿੱਥੇ ਨੇ? ਇੰਨਾ ਬਟਾਲੇ ਦਾ ਮਾੜਾ ਹਾਲ, ਔਰ ਇੰਨੀ ਪਾਵਨ ਪਵਿੱਤਰ ਧਰਤੀ ਹੋਏ, ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਦੇ ਧਰਤੀ ਹੈ, ਅਤੇ ਇਹਨੂੰ ਕਿਸ ਤਰ੍ਹਾਂ ਇਹਨੂੰ ਝੰਝਾਲਿਆ ਜਾ ਰਿਹਾ। ਅਤੇ ਜੇ ਪਿਛਲੀ ਵਾਰੀ ਸੀ ਉਦੋਂ ਵੀ ਇੱਕ ਬੱਚੇ ਦੀ 5 ਸਾਲ ਦੀ ਇੱਕ ਗਟਰ ਦੀ ਮਤਲਬ ਖੁੱਲ੍ਹਣ ਕਰਕੇ ਇਹਨਾਂ ਦੀ ਨਲਾਇਕੀ ਕਰਕੇ ਉਹ ਬੱਚਾ ਮਰ ਗਿਆ, ਗੁਰਨੂਰ ਲੜਕਾ ਸੀ ਉਹ ਬੱਚਾ 5 ਸਾਲ ਦਾ। ਇਹਨਾਂ ਨੂੰ ਫਿਰ ਨਹੀਂ ਸਮਝ ਆਈ, ਆ ਸਾਲ ਹੋ ਗਿਆ ਉਸ ਤੋਂ ਵਧਿਆ ਕੰਮ ਘਟਿਆ ਨਹੀਂ। ਇਹਨਾਂ ਨੂੰ ਅਸੀਂ ਰੋ ਰੋ ਕੇ ਧਰਨੇ ਲਾ ਲਾ ਕੇ ਕਹਿੰਦੇ ਹਾਂ ਵੀ ਤੁਹਾਡੇ ਕੰਨਾਂ ਤੱਕ ਆਵਾਜ਼ ਆਏ, ਪਰ ਪਤਾ ਨਹੀਂ ਕਿਹੜੀ ਕੁੰਭਕਰਨੀ ਨਹੀਂ ਸੁੱਤਾ ਪ੍ਰਸ਼ਾਸਨ ਅਤੇ ਲੀਡਰਸ਼ਿਪ। ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਇਹਨਾਂ ਨੂੰ ਕਦੋਂ ਸਮਝ ਆਏਗੀ? ਇਹ 2-4 ਸੌ 500 ਚਾਹੁੰਦੇ ਆ ਜਾਂ 2-4 5 ਹਜ਼ਾਰ ਮੌਤਾਂ ਚਾਹੁੰਦੇ ਆ? ਕਿੰਨੀਆਂ ਕੁ ਬਟਾਲੇ ਦੀਆਂ ਮੌਤਾਂ ਚਾਹੁੰਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ 7 ਲਾਇਨਸ ਕਰੋ।
and you watching Light of Nation. आप देख रहे हैं लॉन न्यूज़।